ਤਾਂ ਬੱਚੇ ਸ਼ਾਦੀਆਂ ਇਸ ਸਾਲ 'ਚ ਕਰਕੇ ਲਓ, ਇਸੇ ਸਾਲ ਚੰਗੇ ਰਹਿ ਵੇ ਸੋ, ਹਾਂ ਜੀ ਉਹ ਕਿਹੜੇ ਕਿਹੜੇ ਸ਼ੇਰ ਜਵਾਨ ਨੇ ਜਿਹਨਾਂ ਅਗਲੇ ਸਾਲ ਸਰਦੀਆਂ ਸ਼ਾਦੀ ਕਰਨੀ ਹੈ, ਜਿਹਨਾਂ ਅਗਲੇ ਸਾਲ ਸਰਦੀਆਂ ਸ਼ਾਦੀ ਕਰਨੀ ਹੈ, ਜ਼ਰਾ ਸਾਹਮਣੇ ਆਓ, ਸਾਹਮਣੇ ਤੁਹਾਡੇ ਵਾਸਤੇ ਅੱਜ ਦਾ ਵੀ ਲਾ ਕੇ ਤੁਹਾਡੇ ਵਾਸਤੇ ਕਿਉਂ ਦੱਸਿਆ ਨਾ, 2 ਮਿੰਟ ਸਬਰ ਕਰੋ, ਜ਼ਰਾ ਮੇਰੇ ਸਾਹਮਣੇ ਆਓ, ਜਿਹਨਾਂ ਜਿਹਨਾਂ ਅਗਲੇ ਸਾਲ ਪਲੈਨ ਕੀਤਾ ਹੋਏ ਬਈ ਅਕਤੂਬਰ ਸਤੰਬਰ ਅਕਤੂਬਰ ਨਵੰਬਰ ਜਿਸ ਤਰ੍ਹਾਂ ਦਸੰਬਰ ਸ਼ਾਦੀ ਕਰੇ ਸੁਣ, ਤਾਂ ਜ਼ਰਾ ਨੇੜੇ ਨੇੜੇ ਥਿਓ, ਅੱਜ ਦਾ ਵਿਲਾਗ ਇਹ ਵੀ ਤੁਹਾਡੇ ਵਾਸਤੇ, ਚੈਨਲ ਸਬਸਕ੍ਰਾਈਬ 'ਚ ਕਰੋ, ਫੇਸਬੁੱਕ ਪੇਜ ਕੋ ਫਾਲੋ 'ਚ ਕਰੋ। ਅੱਛਾ ਉਹ ਦੋਸਤ ਜਿਹਨਾਂ ਆਪਣੇ ਮਕਾਨਾਂ ਦੇ ਉੱਤੇ ਕੋਠੀ ਦੇ ਉੱਤੇ ਵਾਸ਼ਰੂਮਾਂ ਦਾ ਕੰਮ ਕਰਵਾਉਣਾ, ਗੁਸਲਖਾਨਾ ਦਾ, ਔਰ ਉਹ ਦੋਸਤ ਸੈਨਟਰੀ ਦਾ ਕੰਮ ਕਰਵਾਉਣਾ ਚਾਹੁੰਦੇ, ਪਲੰਬਰਿੰਗ ਦਾ ਕੰਮ ਕਰਵਾਉਣਾ ਚਾਹੁੰਦੇ, ਤਾਂ ਜਿਹੜੀ ਅੱਜ ਦੀ ਵੀਡੀਓ ਹੋਏ ਨਾ ਉਹਨਾਂ ਵਾਸਤੇ ਇੰਤਹਾ ਹੀ ਮੁਫੀਦ ਹੈ। ਤਾਂ ਹਰ ਸ਼ੇ ਦੇ ਰੇਟਸ ਦਾ ਪਤਾ ਲੱਗ ਗਏ ਸੀ, ਉਹਨਾਂ ਦੀ ਕੀਮਤ ਦਾ ਪਤਾ ਲੱਗ ਗਏ ਸੀ, ਤਾਂ ਕੋਈ ਗਾਈਡਲਾਈਨ ਮਿਲ ਗਏ ਸੀ, ਅਤੇ ਫਾਇਦੇ 'ਚ ਰਹਿ ਵੇ ਸੋ। ਅੱਜ ਦੀ ਵੀਡੀਓ ਕੋਈ ਸਕਿਪ ਨਾ ਕਰਾਏ, ਵੱਖਰ ਕਰਨ ਜਦੋਂ ਹੈ। ਅੱਛਾ ਦੋਸਤੋ, ਜਿੱਥੇ ਸਾਰੇ ਮਕਾਨ ਪਾਉਂਦੇ ਪੈਣ ਨਾ, ਮੈਂ ਉੱਥੇ ਹੀ ਪਹੁੰਚ ਗਿਆ, ਵਿਰਾਹ ਜਿਹੜਾ ਮੇਰਾ ਤਰੀ ਕਰਨ ਦਾ ਖੜ੍ਹਾ ਪਾਣੀ ਨਾਲ, ਨਾਲ ਮੇਰਾ ਭਤੀਜਾ ਹੀ ਵੱਧਾ, ਅਤੇ ਇਨਸ਼ਾਅੱਲਾ ਇਹ ਮਕਾਨ ਜਲਦ ਅਜ਼ ਜਲਦ ਤਿਆਰ ਥੀ ਵੇ। ਅਸਲਾਮੁ ਅਲੈਕੁਮ ਦੋਸਤੋ, ਹਾਜ਼ਰਾਂ ਨਵੇਂ ਵਿਲਾਗ ਦੇ ਨਾਲ। ਅੱਜ ਮੈਂ ਆਪਣੇ ਮਕਾਨਾਂ 'ਤੇ ਆਇਆ, ਉਹਨਾਂ ਸਵੇਰੇ ਸਵੇਰੇ ਮਿਸਤਰੀ ਮਜ਼ਦੂਰ ਵਿਆਹ ਵਧੇ ਹੈ, ਅਤੇ ਮੈਂ ਕਿ ਚਲੋ ਅੱਜ ਇੱਥੇ ਵਿਜ਼ਿਟ ਕਰੂੰ, ਮੁਕੰਮਲ ਸਿਚੁਏਸ਼ਨ ਦਿਖੇਂਦੇ ਹਾਂ ਮੈਂ ਸਾਰਾ ਕੰਮ ਕਿੰਨੇ ਤੱਕ ਪਹੁੰਚ ਗਈ। ਅੱਜ ਸਮੋਗ ਕੰਮ ਥੀ ਗਈ ਹੈ, ਅਤੇ ਸਾਹਮਣੇ ਸੂਰਜ ਨਿਕਲਾ ਖੜ੍ਹੇ, ਅਲਹਮਦੁਲਿਲਾ, ਮਾਸ਼ਾਅੱਲਾ, ਮਿਸਤਰੀ ਅਤੇ ਮਜ਼ਦੂਰ ਗਏ ਪਹੁੰਚ, ਮਾਸ਼ਾਅੱਲਾ। ਇਸੇ ਮੱਠ ਬਣਾਉਣ ਦਾ ਬਿਹਤਰੀਨ ਤਰੀਕਾ। ਅਬੂ ਲਗਾ ਗਏ ਕਿਸ ਟਾਈਮ? ਅੱਛਾ ਠੀਕ। ਅੱਛਾ ਦੋਸਤੋ, ਘਰ ਦੇ ਵਾਸ਼ਰੂਮ ਬਣਦੇ ਪੈਣ ਨਾ, ਤਾਂ ਵਾਸ਼ਰੂਮਾਂ ਦੇ ਵਿੱਚ ਜਿਹੜੀ ਜਿਹੜੀ ਚੀਜ਼ ਸੈਨੇਟਰੀ ਦੀ ਜ਼ਰੂਰਤ ਥੀਦੀ ਹੈ, ਤਾਂ ਆਪਣੇ ਸ਼ਹਿਰ ਦੇ ਵਿੱਚ ਜੁਲਦੇ ਹੈ, ਤਾਂ ਉਹ ਦਿਖੇਂਦੇ ਹੈ ਵੀ ਸਾਰੇ ਸ਼ਹਿਰ ਜਿਹੜਾ ਕਿੰਨਾ ਤਰੱਕੀ ਯਾਫਤਾ ਹੈ, ਇੱਥੇ ਸੈਨੇਟਰੀ ਦਾ ਸਮਾਨ ਜਿਹੜਾ ਹੈ ਕਿਸ ਕਿਸਮ ਦਾ ਅਵੇਲੇਬਲ ਹੈ, ਤੁਸੀਂ ਖੁਦ ਹੈਰਾਨ ਥੀ ਵੇ ਸੋ, ਔਰ ਆਖਸੋ ਵੀ ਵਾਹ ਸ਼ਹਿਰ ਤੁਹਾਡਾ ਤਰੱਕੀ ਯਾਫਤਾ ਹੈ, ਤਾਂ ਜੁਲੋ ਮੇਰੇ ਨਾਲ, ਤਾਂ ਉਹ ਦਿਖੇ ਨਾ ਆਪਣੇ ਸ਼ਹਿਰ ਦੀਆਂ ਸੈਨੇਟਰੀ ਦੀਆਂ ਦੁਕਾਨਾਂ, ਉਹ ਤਾਂ ਫਿਰ ਕੇ ਦੇਖ ਸੂ ਬਈ ਇਹ ਸੈਨੇਟਰੀ ਦਾ ਜਿੰਨਾ ਸਮਾਨ ਹੈ ਨਾ ਸੈਨੇਟਰੀ ਦਾ, ਇਹ ਕਿਸ ਰੇਟ 'ਚ ਅਤੇ ਕਿਵੇਂ ਕਿਵੇਂ ਇਹ, ਅਤੇ ਉੱਥੋਂ ਪਰਚੇਸ ਕਰੇ ਨੇ। ਇਹ ਮਕਸਦ ਇਹ 18 ਇੰਚ ਸੀ ਜੀ, ਹਾਂ। ਚਲੋ ਰੇਟ ਬਾਅਦ ਹੀ ਕਰੇ ਨੇ, ਕੋਈ ਮਸਲਾ ਨਹੀਂ ਸਰ, ਤੁਸੀਂ ਪਸੰਦ ਕਰ ਗਏ ਨੋ। ਹਾਂ, ਇਹ ਇਹਨਾਂ 'ਚੋਂ ਇਹ ਡਿਜ਼ਾਇਨ ਦਾ ਆ ਰਿਹਾ ਉਸਤਾ ਜੀ? ਹਾਂ, ਇਹ ਡਿਜ਼ਾਇਨ ਵਾਲਾ ਹੈ, ਅਤੇ ਨਾਲ ਇਹ ਵੀ ਡਿਜ਼ਾਇਨ ਵਾਲਾ ਹੈ। ਡਿਜ਼ਾਇਨ ਦਾ ਫਾਇਦਾ ਤਾਂ ਨਹੀਂ ਉਹਦਾ, ਵਾਸ਼ਰੂਮ ਹੀ ਚੱਲਿਆ ਕਹਿੰਦਾ, ਬਸ ਇਹ ਜੋ ਸਹੀ। ਹਾਂ, ਇਹ ਜੋ ਸਹੀ। ਅੱਛਾ, ਇਹ 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 ਤਰੀ ਇੱਕ ਚੀਜ਼ ਹੈ, ਮਿੱਟੀ ਇੱਕ ਇਹਨਾਂ ਦੀ, ਇਹ ਇੱਕ ਹੈ, ਸਿਰਫ ਡਿਜ਼ਾਇਨ ਦਾ ਫਰਕ ਹੈ। ਉਹ ਜ਼ਰਾ ਚੌੜਾ ਹੈ ਜਾਂ ਇੱਕੋ ਜਿਤਨਾ ਸਾਈਜ਼ ਹੈ? ਕਿਹੜਾ ਸਰ? ਇਹ ਜਿਹੜਾ ਪਰਲਾ ਪੀਏ, ਇਹ, ਹਾਂ ਇਹ ਇੱਕੋ ਸਾਈਜ਼ ਹੈ, ਸਾਈਜ਼ ਇੱਕੋ ਹੈ। ਅੱਛਾ, ਇਹਦਾ ਲੋਟਾ ਮੋਟਾ ਨਹੀਂ ਨਾਲ ਲੱਗਸੀ ਵਿੱਚ, ਹਰ ਸ਼ਾਇਦ ਰੇਟ ਵਿੱਚ ਹੈ? ਨਹੀਂ ਸਰ। ਹਾਂ, ਲੋਟੇ ਦਾ ਕਿੰਨਾ ਰੇਟ ਹੈ? ਲੋਟੇ ਦਾ ਸਰ ਇੱਕ 400 ਰੁਪਏ ਵਾਲਾ ਪੀਏ, ਉਹ ਸਾਦਾ ਹੈ। ਅੱਛਾ, ਇਹ ਕਾਲਰ ਵਾਲਾ ਹੁੰਦਾ? ਜ਼ਰਾ ਦਿਖਾ ਮੇਰੇ ਕੋ, ਦਿਖਾ ਮੇਰੇ ਕੋ ਕਿਹੜਾ ਉਹ ਲੋਟਾ ਕਿਹੜਾ। ਲੋਟਾ ਦਿਖਾ, ਇਹ ਬਸ ਇੱਕ ਚਾਹੀਦਾ। ਅੱਛਾ, ਇਹ ਲੋਟਾ ਇਹ ਵੀ ਸਿੰਪਲ? ਅੱਛਾ, ਸਿੰਪਲ ਹੈ, ਤੇਰੀ ਤਸਵੀਰ ਵਿੱਚ ਆਵੇ ਪਈ, ਕੋਈ ਮਸਲਾ ਨਹੀਂ ਆਵੇ ਪਈ? ਕਿਹੜੀ ਗੱਲ, ਸੋਸ਼ਲ ਮੀਡੀਆ 'ਤੇ ਚੜ੍ਹਵਾ ਜੀ ਨਾ। ਅੱਛਾ, ਠੀਕ ਹੈ, ਠੀਕ ਹੈ, ਇਹ ਹੋ ਗਿਆ। ਇਹ ਜਿਹੜਾ ਹੈ ਸਿੰਪਲ? ਹਾਂ, ਸਿੰਪਲ ਹੈ। ਇਹ ਅਸਾਂ ਐਡਵਾਈਸ ਦਿੰਦੇ ਹਾਂ ਕਿ ਇਹ ਕਾਲਰ ਵਾਲਾ ਲਓ, 50 ਰੁਪਏ ਦਾ ਫਰਕ ਹੈ, ਕੋਈ ਮਸਲਾ ਨਹੀਂ। ਇਹ ਸਮੈਲ ਕਰਵੇਂਦੇ ਸਰ? ਨਾ ਨਾ, ਸਮੈਲ ਵਾਲਾ ਨਹੀਂ, ਸਭ ਕੋ ਅੱਛੀ ਚੀਜ਼ ਚਾਹੀਦੀ ਹੈ, ਅੱਛੀ ਚੀਜ਼। ਮੈਂ ਤੁਹਾਨੂੰ ਕਿੰਨੇ ਦਾ, ਕਿੰਨੇ ਨੇ? ਇਹ 450। 450 ਦਾ? ਉਹ ਇਹ 400 ਗੋਲਾ ਚਾਹੀਦਾ, 50 ਨਹੀਂ 100 ਦਾ ਫਰਕ ਹੋਵੇ, ਕੋਈ ਟੈਨਸ਼ਨ ਨਹੀਂ। ਇਹ ਸਭ ਤੋਂ ਟਾਪ ਤੇ ਹੀ ਹੈ ਪੈਨ? ਇਹ ਮਾਸਟਰ ਦਿਨ? ਮਾਸਟਰ। ਇਹ ਮਾਸਟਰ ਇਨ ਸਾਰੇ ਜੀ? ਹਾਂ। ਅਜੇ ਇਹਨਾਂ ਸਾਰਾ ਜੋ ਹਲਕਾ ਕਿਹੜਾ ਪੀਏ? ਸੀਟ? ਹਾਂ, ਸੀਟ ਉਹ ਕਿਹੜੀ ਹੈ ਜਿਹੜੀ ਸਾਰਾ ਤੋਂ ਸਸਤੀ ਹੈ? ਸਭ ਤੋਂ ਸਸਤੀ ਸੀਟ ਕੌਣ ਸੀ ਹੈ? ਉਹ ਕਿੱਧਰ ਹੈ? ਬਾਹਰ ਹੈ ਉਹ? ਇਹ ਪੜੀ। ਇਹ ਕਿੰਨੇ ਕੀ ਹੈ? ਇਹ ਅੱਛਾ, ਇਹਨੂੰ 1800 ਦੀ ਹੈ। 1, 2, 3। ਅੱਛਾ, ਇਹ 1800 ਦੀ, ਠੀਕ ਹੈ। ਪਾਈਪ ਕਿਹੜਾ? 2 ਪਲਾਈ ਵਾਲਾ ਅਤੇ 1 ਪਲਾਈ ਵਾਲਾ ਕਿਹੜਾ? ਬੈਰ ਪੀਏ, ਬੈਰ ਕਿਹੜਾ ਪੀਏ? ਇਹ 4 ਇੰਚ ਵਾਲਾ ਹੈ। ਇਹ ਬੈਰ 4 ਇੰਚ ਵਾਲਾ ਸਿੰਗਲ ਪਲਾਈ ਮੈਂ? ਸਿੰਗਲ ਪਲਾਈ। ਡਬਲ ਵਾਲਾ ਕੌਣ ਸਾ ਹੈ? ਬਸ ਮੈਂ ਕੁਛ ਨਮੂਨਾ ਦਿਖਾ ਦਿਆ, ਬਸ ਉਸੇ ਜ਼ਮੀਨ ਹੈ ਨਾ, ਜ਼ਰਾ ਮਜ਼ਬੂਤ ਪਾਇਆ ਪਵੇ, ਵਲਾ ਨਾ ਲਾਉਣਾ ਪਵੇ।
बस ठीक है ठीक है ठीक है, इसके मैं प्लाई दिखा देता हूँ। हाँ ठीक है, ये भी ठीक है, ए डबल है, ए सिंगल है, मकसद फर्क तो है ना। हाँ इन्हें तो फर्क है, ये निवदा निवदा है, वो निवदा नहीं, ये कड़ुक सी तिखे, ये नहीं, ये ठीक है, ये ठीक है। अच्छा ये किमें फुट है? 100 रुपये फुट है, रेत और रेत फुल रेत, वैसे 1450 रुपये 1400 दी लेंथ देने है। सारे वास्ते सस्ता थी वैसे लाड़े से तोड़े वास्ते चलो लाड़े से सब। ये कितने दे? हाँ जी ये मास्टर दे सादा है, ये सादा है, ये अंदाजन कितने दा उसी, ए हे सर बिना को कितने दा उसी, सब छोड़ बिना दा कितने दा उसी, 3500 दा। ठीक है सही। तो जेड़ा पानी वाला पानी आयो यो दा पाइप निकासनी वाला मोटर वाला ओ कितने पानी इंच वाला? ना इंच वाला पाइप ये नहीं पाइप, ਇਹ ਕਿਹੜੀ ਕੰਪਨੀ ਦੇ ਪੈਨ? 700 ਵੇਲ ਅੱਛਿਆ ਲੈਂਦੇ? ਹਾਂ ਅੱਛਾ ਅੱਛਾ। ਇਹ ਕਿਵੇਂ ਇਹ ਦਿੰਦੇ ਆ? ਵੈਸੇ ਇਹ ਤਾਂ 1 ਇੰਚ ਵਾਲਾ, ਇੰਚ ਵਾਲਾ ਕਿੰਨੇ ਦਾ? ਇੰਚ ਵਾਲਾ ਇੰਚ ਵਾਲਾ ਹੁੰਦਾ ਹੈ 32 ਵਾਲਾ ਪਾਈਪ, ਇਹ ਹੁੰਦਾ 25 ਵਾਲਾ ਪਾਈਪ। ਅੱਛਾ ਸਾਰੇ ਕੋਲ ਲੱਗੇ ਹੋਏ ਇੰਚ ਵਾਲਾ, ਉਹਦੇ ਵਿੱਚ ਲਾ ਬਣਿਆ ਸੀ ਲੱਗਵੇ ਸੀ ਸਾਰਾ, ਇਹ ਲੱਗਵੇ ਸੀ ਉਹਦੇ ਵਿੱਚ। ਹਾਂ ਲੋਹੇ ਦੇ ਪਾਈਪ ਇੰਦਾ ਸਟੀਲ ਵਾਲੇ ਉਹ ਜੋੜ ਲਾ ਕੇ? ਅੱਛਾ ਮਤਲਬ ਠੀਕ ਹੈ ਠੀਕ ਹੈ ਠੀਕ ਹੈ ਠੀਕ। ਇਹ ਕਿਵੇਂ? ਹਾਂਜੀ ਇਹ ਕਿਵੇਂ? ये वैसे था 100 रुपये फुट है लेकिन अच्छा। मैं ला दूँ। अच्छा 100 रुपये फुट है, ओके ठीक। चलो ठीक है, बस कल परसों तो काम शुरू थी ना सारा, वजू जू जैसे जैसे सब लोड पोसी ना चाहिए आसू। ठीक है अच्छा, अपने यार को बादशाह दे के दस मोन बड़ा अच्छा भाई ठीक हो गया ठीक है। अच्छा दोस्तों मैं दुकान पर पहुँच गया, तो सारा तो पहले नाश्ता तो वक्त भाई सर्विस शुरू करे सूँ भाई काम शुरू करे सूँ, क्योंकि सारी मार असं वर्किंग करनी होती है ना, तो पहले पेट पूजा तो फिर काम दूजा। नाश्ते च मेरे को आया पिए छोले चावल, मेरी पसंदीदा तो मरहूब गिजा। अगर तुसा खाना है तो जी बिस्मिल्ला मोस्ट वेलकम, आओ खवेंदे आं थाकूं। माशाल्लाह मज़ेदार है, तो मैं ईद दा चंद लिखे ना तुसा सो हैं ढी को ईद का चंद? जी हाँ ढी को ईद का चंद लिखे ना, इवें एक मिनट सबर करो बहर जुलद तो कोई ईद का चंद लिखे ना मैं। माशाल्लाह ए ढी निकला खड़ा वे जी त्रै जना बात बहर, तो अलहमदुलिल्लाह इन जशन देखो ढी दे जशन माशाल्लाह। सामने साढ़ा यार ढीला है बैठा है, ओए ना सलाम ना दुआ, इन ते चुप करके आके बह गए, सलाम दुआ नहीं करनी लाले नाल है कि गया में? हाँ क्या हाल है? खैर है सेट वदा है सिया तबीयत हूँ कड़न जुलू बखेर कपड़े छपड़े कपड़े कि नहीं गिन छोड़े नहीं दर्जी को लेन है पर शादी करने है जल्दी है। चलो ठीक है शादी की कांड देवे बात बोल ना मने गवाड़ी को लाया हमी दूल्हा मियां बढ़दा पिए मकहाल हवाल चौचा शादी हो दी तो औखी है ना निज़ाम दे खड़वती दा किवें बणदा है। अच्छा डीला उस्ताद अल्लाह हाफिज़। अच्छा दोस्तों सब इलाक दे आगाज सुने के अगले साल सितंबर नवंबर दिसंबर अक्टूबर जो शादियां करनियां ना जरा नेड़े नेड़े थी और जिया अज दा विलाग ना उन्हां वास्ते आई खास तौर पर। दोस्तों लाहौर हाई कोर्ट के विच ना हुकूमत ने एक प्लैन दिता है समोक तो निजात वास्ते कि अगले साल तो जड़ा है ना असा पंजाब दे विच सितंबर अक्टूबर नवंबर दिसंबर त्रै चार महीने जड़े ना सर्दियों के इन महीनों जिन्हें अस कोशिश करे सू बे कह कुछ शादी न कर दो। ठीक है समझ आ नहीं पी वे गल बे कह कुछ शादी न कर दो ना अक्टूबर ना नवंबर ना दिसंबर तो तैयार थे जो बजड़े हुकूमत तैयार थी गई वे अक्टूबर नवंबर दिसंबर शादी न कर दी क्यों तू सच पके दे चार चार पाँच पाँच डिशा वत चने देगा वत टुकर पकद जनाब कार्बन उद्दा है तो धुआं छूं तो हवा पलूटेड थी वेंदी है। तो ये वास्ते हुकूमत का प्लैन है नैक्सट ईयर तो
कि शादियां इन महीने च रोकिया वजन तो हाई कोर्ट ने उन्हें को आख्या भई अगर तुस ये प्लैन करो भई एक डिश शादियों के दिती वजे तो इन्हें को शादियों की इजाजत दौ चा तो बच्चे शादियां इस साल ही करके लो इस साल चंगे रह वे सो अगले साल ना पिछे जून जुलाई के शादियां थी सर बचड़े तो आ तो कुछ समझ वे सी भी जून जुलाई की शादी थी क्या है ठीक है गाल तो मेरी समझ गया वे ना इजाजत दो अल्लाह हाफिज़।